ਮੁੱਲਾਪੁਰ ਦੇ ਏਰੀਆ ਵਿੱਚ ਇੱਕ ਬੈਂਕ ਦਾ ਮੈਨੇਜਰ ਜੋ ਹੈਗਾ ਗੌਰਵ ਸ਼ਰਮਾ, ਉਹ ਕਰੀਬ 10 to 15 crore ਰੁਪਏ ਮਿਸ ਅਪਰੋਪਰੀਏਟ ਕਰਕੇ ਏਰੀਆ 'ਚੋਂ ਗਾਇਬ ਹੋ ਗਿਆ ਸੀ। ਇਨਫੋਰਮੇਸ਼ਨ ਮਿਲਣ 'ਤੇ ਮੁੱਲਾਪੁਰ ਥਾਣੇ ਦੇ ਵਿੱਚ ਇਮੀਡੀਏਟਲੀ FIR ਰਜਿਸਟਰ ਕੀ ਗਈ ਅਤੇ ਟੀਮਸ ਬਣਾਈ ਗਈ DSP ਧਰਮਵੀਰ ਸਿੰਘ ਅਤੇ SHO ਸਿਮਰਨਜੀਤ ਸਿੰਘ ਦੇ ਅੰਡਰ, ਜਿਨ੍ਹਾਂ ਨੇ ਕਾਫ਼ੀ ਮਿਹਨਤ ਕਰਕੇ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਨੂੰ ਵਰਤਦੇ ਹੋਏ ਗੌਰਵ ਨੂੰ ਨੇਪਾਲ ਬਾਰਡਰ ਤੋਂ ਫੜਨ ਵਿੱਚ ਸਫਲਤਾ ਹਾਸਿਲ ਕੀਤੀ। ਜੋ ਗੌਰਵ ਹੈਗਾ ਇਹ ਪਿਛਲੇ ਕਰੀਬ 6 ਮਹੀਨਿਆਂ ਤੋਂ ਬੈਂਕਸ ਦੇ ਵਿੱਚ ਜੋ ਨੰਬਰ ਹੁੰਦੇ ਸੀ ਜਿਸ 'ਤੇ ਨੋਟੀਫਿਕੇਸ਼ਨ ਜਾਂਦੀ ਹੈ ਉਹਨੂੰ ਬਦਲ ਕੇ ਉਸ ਤੋਂ ਸਾਰੇ ਫੰਡ 5 ਅਕਾਊਂਟਸ ਵਿੱਚ ਟ੍ਰਾਂਸਫਰ ਕਰ ਰਿਹਾ ਸੀ। 5 ਅਕਾਊਂਟਸ ਦੇ ਵਿੱਚੋਂ 2 ਇਹਦੇ ਆਪਣੇ ਸੀ, ਇੱਕ ਇਹਦੀ ਮਦਰ ਦਾ ਸੀ, ਇੱਕ ਇਹਦੇ ਫਾਦਰ ਦਾ ਸੀ ਅਤੇ ਇੱਕ ਇਹਦੇ ਨੌਕਰ ਦਿਨੇਸ਼ ਦਾ। ਹਾਲੇ ਤੱਕ ਸਾਨੂੰ ਆਲਮੋਸਟ 10 crore ਤੱਕ ਕੀ ਕਲੈਰਿਟੀ ਆ ਚੁੱਕੀ ਹੈ ਅਤੇ ਇਹਦੇ ਅਕਾਊਂਟਸ ਦੇ ਔਰ ਬਾਕੀ ਜੋ ਡਿਟੇਲਸ ਹੈਗੀਆਂ ਉਹ ਕੱਢੀ ਜਾ ਰਹੀਆਂ ਅਤੇ ਇਹ ਵੀ ਨਜ਼ਰ ਆਇਆ ਹੈ ਕਿ ਜੋ ਉਸ ਦਿਨ ਅਕਾਊਂਟਸ ਵਿੱਚ ਇਹ ਪੈਸੇ ਪਾ ਰਿਹਾ ਸੀ ਉਸ ਤੋਂ ਇਹ ਸਾਰਾ ਦਾ ਸਾਰਾ ਅਮਾਊਂਟ ਇਹ ਅੱਗੇ ਵੀ ਟ੍ਰਾਂਸਫਰ ਹੋਇਆ। ਜੋ ਜੋ ਅਕਾਊਂਟਸ ਇੱਦਾਂ ਦੇ ਸਾਡੀ ਨਜ਼ਰ ਵਿੱਚ ਆਏ ਨੇ ਅਤੇ ਇਹਦੀ ਤਫਤੀਸ਼ ਚੱਲ ਰਹੀ ਹੈ ਉਹ ਅਸੀਂ ਸਾਰੇ ਫਰੀਜ਼ ਕਰਾਤੇ ਹੋਏ ਅਤੇ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ।